ਦਿਨ ਵਿੱਚ ਵਾਰ ਵਾਰ ਲੱਗਦੇ ਮੋਰਿੰਡਾ ਫਾਟਕ ਦੀ ਸਮੱਸਿਆ ਤੋਂ ਹੁਣ ਲੋਕਾਂ ਨੂੰ ਨਿਜਾਤ ਮਿਲੇਗੀ ਅਤੇ ਇਲਾਕਾ ਵਾਸੀਆਂ ਨੂੰ ਇਹ ਰਾਹਤ ਹੁਣ ਜਲਦੀ ਮਿਲਣ ਦੀਆਂ ਸੰਭਾਵਨਾਵਾਂ ਕਾਫੀ ਵੱਧ ਗਈਆਂ ਹਨ। ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੋਰਿੰਡਾ ਇਲਾਕਾ ਨਿਵਾਸੀਆਂ ਨਾਲ ਮੋਰਿੰਡਾ ਵਿਖੇ ਰੇਲਵੇ ਅੰਡਰ ਬ੍ਰਿਜ ਜਲਦੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਇਸ ਦੀ ਕਵਾਇਦ ਉਸ ਸਮੇਂ ਸ਼ੁਰੂ ਹੋਈ ਜਦੋਂ ਕੈਬਨਿਟ ਮੰਤਰੀ ਚੰਨੀ ਦੀ ਹਾਜ਼ਰੀ ਵਿੱਚ ਰੇਲਵੇ ਵਿਭਾਗ ਅਤੇ ਪੰਜਾਬ ਸਰਕਾਰ ਦੇ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਦੀ ਇੱਕ ਸਾਂਝੀ ਟੀਮ ਰੇਲਵੇ ਫਾਟਕ ਦਾ ਜਾਇਜ਼ਾ ਲੈਣ ਪਹੁੰਚੀ। ਮੋਰਿੰਡਾ ਅੱਜ ਮੋਰਿੰਡਾ ਦਾ ਜਿਹੜਾ ਰੇਲਵੇ ਬ੍ਰਿਜ ਹੈ, ਰੇਲਵੇ ਦਾ ਇੱਥੇ ਫਾਟਕ ਹੈ, ਇਹਦੇ 'ਚ ਬਹੁਤ ਜ਼ਿਆਦਾ ਰਸ਼ ਰਹਿੰਦਾ ਹੈ, ਹਰ ਟਾਈਮ ਇਹ ਬੰਦ ਰਹਿੰਦਾ, ਲੋਕਾਂ ਨੂੰ ਦਿੱਕਤ ਆਉਂਦੀ ਰਹਿੰਦੀ ਹੈ। ਉਹਦੇ ਵਾਸਤੇ ਰੇਲਵੇ ਅਤੇ ਪੰਜਾਬ ਸਰਕਾਰ ਦੇ ਅਧਿਕਾਰੀ ਅੱਜ ਮੋਰਿੰਡੇ ਵਿੱਚ ਇਕੱਠੇ ਹੋਏ ਹੈ, ਜੁਆਇੰਟ ਮੀਟਿੰਗ ਹੋਈ ਹੈ ਅਤੇ ਫੈਸਲਾ ਕੀਤਾ ਗਿਆ ਕਿ ਇੱਥੇ ਵੱਡੇ ਪੱਧਰ 'ਤੇ ਇੱਕ ਰੇਲਵੇ ਦਾ ਅੰਡਰ ਬ੍ਰਿਜ ਬਣੇਗਾ, ਜਿਹੜਾ ਕਿ ਜਿਹਦੇ ਨਾਲ ਇਹ ਸੌਖ ਹੋ ਜਾਏਗੀ। ਇਹ ਜਿਹੜਾ ਫਾਟਕ ਵਿੱਚ ਬੰਦ ਰਹਿੰਦਾ, ਲੋਕਾਂ ਨੂੰ ਦਿੱਕਤ ਆਉਂਦੀ ਹੈ, ਉਹ ਦਿੱਕਤ ਦੂਰ ਹੋ ਜਾਏਗੀ ਅਤੇ ਨਾਲ ਜਿਹੜੇ ਸਾਈਡਾਂ ਦੇ ਬਾਜ਼ਾਰ ਹੈ ਇਹਨਾਂ ਵਾਸਤੇ ਵੀ ਸਪੈਸ਼ਲ ਪ੍ਰੋਵੀਜ਼ਨ ਕਰ ਰਹੇ ਹੈ ਕਿ ਇਹਨਾਂ ਵਾਸਤੇ ਰਸਤਾ ਬਚਿਆ ਰਹੇ। ਇਸ ਲਈ ਇਹ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਦਾ ਉਪਰਾਲਾ ਜਿਹੜਾ ਕਿ ਰੇਲਵੇ ਦੇ ਨਾਲ ਮਿਲ ਕੇ ਅਸੀਂ ਕਰ ਰਹੇ ਹੈ ਅਤੇ ਇਹਦੀ ਮੋਰਿੰਡੇ ਸ਼ਹਿਰ ਨੂੰ ਬੜੀ ਭਾਰੀ ਰਾਹਤ ਮਿਲੇਗੀ। ਇਹ ਹੋਈ ਹੈ ਕਿ ਪਹਿਲੇ ਜੋ ਬਾਕਸਿਸ ਥੇ ਉਹ ਛੋਟੇ ਬਾਕਸ ਹੈਂਗ ਸਨ ਥੇ, ਜੋ ਹੈ ਬੱਸੇ ਵਗੈਰਾ ਬੜੀ ਟਰੱਕਾਂ ਨਹੀਂ ਜਾ ਸਕਦੀ ਥੀ। ਅਬ ਜੋ ਹੈ ਸੋ ਬੜੇ ਹਾਈਟ ਕੇ ਜੋ ਹੈ ਸੋ ਬੜੇ ਰਾਸਤੇ ਕੇ ਲੀਏ ਜੋ ਹੈ ਸੋ 12 ਮੀਟਰ ਲਗਭਗ ਮੀਟਰ ਕੇ ਜੋ ਹੈ ਸੋ ਦੋ ਬਾਕਸਿਸ ਜੋ ਹੈ ਸੋ ਬਣੇਗੇ 5.5। ਇਹ ਅੰਡਰ ਵਿੱਚ ਕਿੰਨੀ ਦੇਰ ਮੇਂ ਪੂਰਾ ਹੋ ਜਾਏਗਾ ਸਰ? ਲਗਭਗ ਜੋ ਹੈ ਸੋ ਅਭੀ ਨਿਆ ਪ੍ਰੋਪੋਜ਼ਲ ਫਿਰ ਸੇ ਜਾ ਰਹਾ ਹੈ ਕਿਉਂਕਿ ਕੋਸਟ 10-12 ਕਰੋੜ ਰੁਪਏ ਹੋ ਜਾ ਰਹੇ ਹੈ। ਦੋਨੋ ਰੇਲਵੇ ਔਰ ਸਟੇਟ ਗਵਰਨਮੈਂਟ ਕੇ ਸਾਝਾ ਸੇ ਯੇ ਹੋਗੀ ਵਰਕ ਸੈਂਕਸ਼ਨ ਆਲਮੋਸਟ 1 ਇਅਰ ਕੇ ਅੰਦਰ ਜੋ ਹੈ ਸੋ। ਤੋ ਚੈਨਲ 2 ਲਈ ਅਮਰਜੀਤ ਤਿਮਾਨ ਦੀ ਰਿਪੋਰਟ।